ਐਂ ਕਿਵੇਂ ਲੰਘ ਜੂ ਖੇਤਾਂ ਚੋਂ ਬਾਣੀ ਨੱਕਾ ਮੋੜ ਕੇ ਦਿਖਾ ਜੇ ਕਹੀ ਨਾਲ ਘਾਟਾ ਨਾ ਲਾ ਦਿਆਂ ਜੇ ਗੱਲ ਕਰੀਏ ਟੌਰ ਨਾਲ ਛੜੇ ਮੁੰਡੇ ਦੀ ਹੈਨਾ ਸ਼ੌਂਕ ਕੀ ਨੇ ਜਦੋਂ ਘਰ ਦੇ ਵਿੱਚ ਜਾਂਦੇ ਹੋ ਸੋ ਇਹ ਟੌਰ ਨਾਲ ਛੜਾ ਮੁੰਡਾ ਕਿਹੜੇ ਕਿਹੜੇ ਸ਼ੌਂਕ ਰੱਖਦਾ ਜਿਹੜੇ ਫ੍ਰੀ ਹੋ ਕੇ ਜ਼ਿੰਦਗੀ ਤੋਂ ਉਹ ਸ਼ੌਂਕ ਕਦੇ ਕਦੇ ਪੂਰੇ ਕਰਦਾ ਸੈਰ ਨੂੰ ਨਿਕਲ ਗਿਆ ਪਿੰਡ ਜਾਂਦਾ ਹੁਣ ਥੋੜ੍ਹਾ ਇਹ ਹੈਲਥ ਕੌਂਸ਼ੀਅਸ ਵੀ ਹੋ ਗਿਆ ਹੁਣ ਕਿ ਜਿਉਂ ਜਿਉਂ ਉਮਰ ਵੱਧਦੀ ਹੈ ਫਿਰ ਬੰਦੇ ਨੂੰ ਦਿਲ ਕਰਦਾ ਨਹੀਂ ਯਾਰ ਅਜੇ ਤਾਂ ਹੋਰ ਜਾਣਾ ਸੋਹੀ ਸਰ ਕਿਤੇ ਨਾ ਕਿਤੇ ਅੱਜ ਇੱਦਾਂ ਹੈਗਾ ਕਿ ਨਾਮ ਵੀ ਹੈ ਪੈਸਾ ਵੀ ਹੈ ਸਭ ਕੁਛ ਹੈ ਪਰ ਕਿਤੇ ਨਾ ਕਿਤੇ ਉਸ ਚੀਜ਼ ਦੀ ਘਾਟ ਹੈ ਜਿਸਦੇ ਵੱਲ ਤੁਸੀਂ ਆਪਣੇ ਟਾਈਮ ਰਹਿੰਦੇ ਧਿਆਨ ਨਹੀਂ ਦਿੱਤਾ ਤੁਸੀਂ ਵਿਆਹ ਤੱਕ ਆਪਣਾ ਆਪਣੇ ਕੰਮ ਦੇ ਨਾਲ ਹੀ ਕਰਵਾ ਲਿਆ ਕੋਮਨ ਮੈਨ ਦੇ ਜੋ ਸੁਪਨੇ ਹੁੰਦੇ ਨੇ ਮੇਰੇ ਉਹ ਸੁਪਨੇ ਹੈ ਨਹੀਂ ਸੀ ਇਸ ਕਰਕੇ ਮੈਨੂੰ ਅੱਜ ਤੱਕ ਬਿਲਕੁਲ ਕਦੇ ਕੋਈ ਮਨ ਚ ਰੰਜਿਸ਼ ਇਹ ਨਹੀਂ ਆਈ ਕਦੇ ਮੈਨੂੰ ਇਸ ਡਰੀਮ ਨੇ ਤੰਗ ਨਹੀਂ ਕੀਤਾ ਯਾਰ ਆਈ ਐਮ ਨਾਟ ਮੈਰਿਡ ਮੈਂ ਇਕੱਲਾ ਮੈਂ ਛੜਾ जिन बच्चों की आप परवरिश नहीं कर सकते उन्हें दुनिया में लाना गुनाह है। बचपन दे विच झट मारिए बापू नहीं मानदा मेरा तुसी किस चीज ले कहोगे वे बापू नु सब तो औखा मनाउणा किस काम दे लई हुंदा सीगा मेरे फादर डिसिप्लिनड बहुत सी मैं उन्हां सामने बहाना नहीं सी चलदा कि मैं अज पढ़न जाना नहीं मैं प्यास लगी गर्मी का महीना जी मैं क्या पापा पानी पीना है अच्छा पानी पीना हाँ हाँ चल पी लै सूएज पी लै और रवाहे थोड़ा जहा पानी खड़ा साफ सुथरा पानी हुंदा सी उस जमाने तो मैं पानी पीन लग्या पिछों लत्त मारी मूँह मेरा बहुत एक लंबा अरसा तुसी हंडाया है ना बड़े दहाकियां दे विच तुसी काम करके इत्थों तक पहुंचे हो सो अज जदों काम करदे हो अज जदों कल्ले खड़ के सोचदे हो है ना ते बंदा जितनी दूर देखदा है उन्नी दूर दा सोचदा है जदों पिछे जाके इन्नी दूर दा सोचदे हो सरदार सोही जी किस तरह अपनी जिंदगी नूं वेखदे ने कोई भी बंदा जदों फिल्म लाइन दी गल ड्रीम लैंदा है सोचदा है यार मैं हीरो बनूंगा मैं सोचिया सी मैं हीरो बनूंगा मैं हूँ बहुत फिल्मों से यहोजे करैक्टर खेड रहे हैं अजकल जिते मैनू ये एहसास करवाया जाता है कि बापू जी बाबा जी तुसी फिल्म दे हीरो ਉਹ ਕਿਹੜਾ ਵਕਤ ਸੀ ਜਦੋਂ ਵੈਨਿਟੀ ਮਿਲੀ ਜਦੋਂ ਇੱਕ ਅੱਛਾ ਅਮਾਊਂਟ ਮਿਲਣਾ ਸ਼ੁਰੂ ਹੋਇਆ ਜਦੋਂ ਤੁਹਾਨੂੰ ਲੱਗਿਆ ਕਿ ਹਾਂ ਮੇਰੀ ਜਿਹੜੀ ਇੱਛਾ ਸੀ ਉਹ ਹੁਣ ਪੂਰੀ ਹੋਣੀ ਸ਼ੁਰੂ ਹੋ ਚੁੱਕੀ ਔਰ ਆਇਆ ਗਿੱਪੀ ਗਰੇਵਾਲ ਔਰ ਦਿਲਜੀਤ ਦੋਸਾਂਝ ਇਹਨਾਂ ਤਾਂ ਇਕੱਠਿਆਂ ਦੀ ਦੋਵਾਂ ਦੀ ਫਿਲਮ ਆਈ ਸੀ ਤੁਹਾਡੇ ਮੇਰਾ ਦਿਲ ਲੁੱਟਿਆ ਉਹਦੇ 'ਚ ਮੈਂ ਗਿੱਪੀ ਦਾ ਫਾਦਰ ਬਣਿਆ ਉਸ ਫਿਲਮ ਤੋਂ ਫਿਰ ਮੇਰੇ ਕਰੀਅਰ ਨੇ ਇੱਕ ਬੂਸਟ ਲਿਆ ਜੰਪ ਲਿਆ ਇਮੋਸ਼ਨਲ ਕੈਰੈਕਟਰ ਲਿਖਦੇ ਲਿਖਦੇ ਖੇਡਦੇ ਖੇਡਦੇ ਮੈਂ ਐਂਗਜ਼ਾਇਟੀ ਦਾ ਸ਼ਿਕਾਰ ਐਂਗਜ਼ਾਇਟੀ ਦਾ ਫਸਟ ਟਾਈਮ ਅਟੈਕ ਆਇਆ ਸੀ ਪੈ ਇੱਧਰ 6 ਗੱਡੀਆਂ ਇੱਧਰ 4 ਗੱਡੀਆਂ ਇੱਧਰ ਅਤੇ ਮੈਂ ਘਬਰਾ ਗਿਆ ਮੈਂ ਗੱਡੀ ਹੌਲੀ ਹੌਲੀ ਪਾਸੇ ਲਾਈ ਡਾਕਟਰ ਕੋਲ ਗਿਆ ਉਹ ਕਹਿੰਦਾ ਆਰ ਯੂ ਮੈਡ ਮਾੜਾ ਜਿਹਾ ਡੈਥ ਨੂੰ ਰੋਕ ਲਓ ਯਾਰ ਸੋ ਮੈਂ ਪਹੁੰਚ ਗਈ ਹਾਂ ਉਹਨਾਂ ਦੇ ਕੋਲ ਜਿਨ੍ਹਾਂ ਦੇ ਕੋਲ ਇੱਕ ਸਿਫਾਰਿਸ਼ ਭੇਜੀ ਹੈ ਕਰਮਜੀਤ ਜੀ ਨੇ ਬਾਪੂ ਜੀ ਦੇ ਕੋਲ ਸੋ ਪੁੱਛਦੇ ਉਹਨਾਂ ਨੂੰ ਲੇਕਿਨ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਇਹ ਬਾਪੂ ਜੀ ਸਾਡੇ ਸਾਰਿਆਂ ਦੇ ਬਹੁਤ ਫੇਵਰੇਟ ਨੇ ਵੱਖ ਵੱਖ ਕਿਰਦਾਰਾਂ ਦੇ ਜ਼ਰੀਏ ਇਹਨਾਂ ਨੇ ਜਿਹੜਾ ਇੱਕ ਆਪਣਾ ਸਥਾਨ ਜਿਹੜਾ ਹੈ ਉਹ ਬਣਾਇਆ ਆਪਣੀ ਜਗ੍ਹਾ ਜਿਹੜੀ ਬਣਾਈ ਹੈ ਪੰਜਾਬੀ ਸਿਨੇਮਾ ਦੇ ਵਿੱਚ ਉਹ ਵਾਕਈ ਕਾਬਿਲੇ ਤਾਰੀਫ ਹੈ ਸੋ ਇਸ ਵਾਰ ਨਜ਼ਰ ਆਉਣਗੇ ਸਟ੍ਰਿਕਟ ਬਾਪੂ ਨੇ ਜਾਂ ਕਿਹੜੇ ਨੇ ਕਿਉਂ ਨਹੀਂ ਮੰਨ ਰਿਹਾ ਉਹ ਪੁੱਛਦੇ ਹੋ ਸਤਿ ਸ਼੍ਰੀ ਅਕਾਲ ਸਰਦਾਰ ਸੋਹੀ ਜੀ ਸਾਡੇ ਨਾਲ ਨੇ ਸਰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਵਧੀਆ ਤੁਹਾਡੇ ਵਰਗੀ ਸੋਹਣੀ ਕੁੜੀ ਨਾਲ ਮਿਲ ਕੇ ਵਧੀਆ ਲੱਗਦਾ ਸਾਡੀਆਂ ਪੰਜਾਬਣਾਂ ਨੂੰ ਰਿਪ੍ਰੈਜੈਂਟ ਕਰਦੇ ਹੋਏ ਇਹੋ ਜਿਹੀਆਂ ਸੋਹਣੀਆਂ ਕੁੜੀਆਂ ਹੁੰਦੀਆਂ ਨੇ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਇੰਨੇ ਸਮਾਈਲਿੰਗ ਫੇਸ ਦੇ ਨਾਲ ਬਾਪੂ ਜੀ ਇੱਦਾਂ ਕਿੱਦਾਂ ਹੋ ਸਕਦਾ ਨਾਮ ਮੰਨਦੇ ਹੋਣ ਆਈ ਮੀਨ ਕੀ ਚੱਕਰ ਹੈ ਕਰਮਜੀਤ ਜੀ ਨੇ ਕੰਪਲੇਂਟ ਕੀਤੀ ਹੈ ਕਿ ਤੁਸੀਂ ਮੰਨ ਨਹੀਂ ਰਹੇ ਹੋ ਨਹੀਂ 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 ਮੇਰੀ ਤਾਂ ਇਹ ਕੰਪਲੇਂਟ ਆਉਂਦੀ ਹੀ ਨਹੀਂ ਵੈਸੇ ਲੇਕਿਨ ਫਿਲਮ ਦਾ ਤਾਂ ਟਾਈਟਲ ਹੀ ਹੈ ਬਾਪੂ ਨਹੀਂ ਮੰਨਦਾ ਮੇਰਾ ਹਾਂ ਉਹ ਟਾਈਟਲ ਤਾਂ ਅਲੱਗ ਗੱਲ ਹੈ ਉਹ ਫਿਲਮ ਦੇ ਵਿੱਚ ਨਹੀਂ ਮੰਨਦਾ ਮੈਂ ਉਹ ਕਹਾਣੀ ਦਾ ਟਵਿਸਟ ਹੀ ਇਹੋ ਜਿਹਾ ਬਹੁਤ ਇਸੇ ਆਈਡੀ ਦੇ ਆਲੇ ਦੁਆਲੇ ਕਹਾਣੀ ਘੁੰਮਦੀ ਹੈ ਬਹੁਤ ਵਧੀਆ ਹਾਂਜੀ ਸੋ ਮਿੱਠੀ ਮਿੱਠੀ ਜਿਹੀ ਠੰਡ ਹੈ ਪਿੰਡ ਦਾ ਮਾਹੌਲ ਹੈ ਫਿਲਮ ਦਾ ਸ਼ੂਟ ਚੱਲ ਰਿਹਾ ਹੈ ਸਰ ਬਹੁਤ ਇੱਕ ਲੰਬਾ ਅਰਸਾ ਤੁਸੀਂ ਹੰਡਾਇਆ ਹੈ ਨਾ ਬੜੇ ਦਹਾਕਿਆਂ ਦੇ ਵਿੱਚ ਤੁਸੀਂ ਕੰਮ ਕਰਕੇ ਇੱਥੋਂ ਤੱਕ ਪਹੁੰਚੇ ਹੋ ਸੋ ਅੱਜ ਜਦੋਂ ਕੰਮ ਕਰਦੇ ਹੋ ਅੱਜ ਜਦੋਂ ਇਕੱਲੇ ਖੜ ਕੇ ਸੋਚਦੇ ਹੋ ਹੈ ਨਾ ਅਤੇ ਬੰਦਾ ਜਿੰਨੀ ਦੂਰ ਦੇਖਦਾ ਉਨੀ ਦੂਰ ਦਾ ਸੋਚਦਾ ਜਦੋਂ ਪਿੱਛੇ ਜਾ ਕੇ ਇੰਨੀ ਦੂਰ ਦਾ ਸੋਚਦੇ ਹੋ ਸਰਦਾਰ ਸੋਹੀ ਜੀ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਵੇਖਦੇ ਨੇ
ਪਿੱਛੇ ਜਾਈਦਾ ਤਾਂ ਫਖਰ ਵੀ ਹੁੰਦਾ ਸਟਰਗਲ 'ਤੇ, ਜੋ ਮਾੜਾ ਸਮਾਂ ਦੇਖਿਆ, ਜੋ ਗੁਰਬਤ ਦੇ ਵਿੱਚੋਂ ਨਿਕਲ ਕੇ ਆਇਆ, ਅੱਜ ਸਾਰਾ ਕੁਛ ਹੈ, ਚਾਰ ਪੈਸੇ ਹੈ, ਨਾਂ ਹੈ। ਕਦੇ ਜਦੋਂ ਕੋਈ ਵੀ ਬੰਦਾ ਜਦੋਂ ਫਿਲਮ ਲਾਈਨ ਦੀ ਗੱਲ ਡਰੀਮ ਲੈਂਦਾ, ਸੋਚਦਾ ਯਾਰ ਮੈਂ ਹੀਰੋ ਬਣੂੰਗਾ, ਮੈਂ ਸੋਚਿਆ ਸੀ ਮੈਂ ਹੀਰੋ ਬਣੂੰਗਾ, ਪਰ ਨਾਲ ਹੀ ਮੈਂ ਮੈਂਟਲੀ ਰੈਡੀ ਸੀ ਕਿ ਮੈਂ ਬੇਸ਼ੱਕ ਢਲਦੀ ਉਮਰੇ ਹੀਰੋ ਬਣਾ। ਮੈਂ ਹੁਣ ਬਹੁਤ ਫਿਲਮਾਂ 'ਚ ਇਹੋ ਜਿਹੇ ਕੈਰੈਕਟਰ ਖੇਡ ਰਿਹਾ ਅੱਜ ਕੱਲ੍ਹ, ਜਿੱਥੇ ਮੈਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਕਿ ਬਾਪੂ ਜੀ, ਬਾਬਾ ਜੀ, ਤੁਸੀਂ ਫਿਲਮ ਦੇ ਹੀਰੋ। ਸਬਜੈਕਟ ਹੀ ਇਹੋ ਜਿਹੇ ਹੁੰਦੇ ਆ ਜਿੱਥੇ ਸੈਂਟਰਲ ਕਰੈਕਟਰ ਸਰਦਾਰ ਸੋਹੀ ਦਾ ਹੁੰਦਾ, ਤਾਂ ਬਣ ਗਿਆ ਹੀਰੋ। ਉਹ ਜੋ ਮੇਰਾ ਸੁਪਨਾ ਸੀ ਉਹ ਸਾਕਾਰ ਹੋ ਗਿਆ। ਹੁਣ ਮੈਨੂੰ ਇਹ ਹੋ ਕੇ ਦੁਨੀਆ ਤੋਂ ਜਾਵਾਂਗੇ ਤਾਂ ਪਿੱਛੇ ਨਾਂ ਛੱਡ ਕੇ ਜਾਵਾਂਗੇ, ਜਿਹਦੇ ਵਾਸਤੇ ਮੈਂ ਇੰਨੀ ਵੱਡੀ ਲੰਬੀ ਸਟਰਗਲ ਕੀਤੀ ਹੈ। ਨਾਂ ਦੀ ਮੈਨੂੰ ਬਹੁਤ ਭੁੱਖ ਰਹੀ ਹੋ ਰਹਿਣੀ ਵੀ ਚਾਹੀਦੀ ਹੈ। ਔਰ ਜਿਹੜੇ ਸੁਪਨੇ ਹੁੰਦੇ ਨੇ ਐਕਟਰ ਦੇ, ਨਾਂ ਵੀ ਹੋ ਜਾਂਦਾ, ਕੰਮ ਮਿਲਣ ਲੱਗ ਜਾਂਦਾ, ਉਸ ਤੋਂ ਬਾਅਦ ਸੁਪਨੇ ਇਹ ਹੋਰ ਵੱਡੇ ਹੁੰਦੇ ਜਾਂਦੇ ਆ। ਇਹ ਮਨ 'ਚ ਇਹ ਆਉਂਦਾ ਯਾਰ ਆਹ ਵੀ ਕਰੈਕਟਰ ਖੇਡ ਲਿਆ, ਆਹ ਵੀ ਖੇਡ ਲਿਆ, ਆਹ ਵੀ ਖੇਡ ਲਿਆ, ਕੁਛ ਅਲੱਗ ਆਊਗਾ। ਪਰ ਅੱਜ ਕਦੇ ਇਹ ਹੁੰਦਾ ਸੀ, ਗਿਣੇ ਚੁਣੇ ਦੋ ਚਾਰ ਬੰਦੇ ਰਾਈਟਰ ਹੁੰਦੇ ਸੀ, ਉਹਨਾਂ 'ਚੋਂ ਕਿਸੇ ਦੇ ਮਨ ਰਹਿਮ ਆ ਗਿਆ ਜਾਂ ਕਿਸੇ ਨੇ ਸੋਚ ਲਿਆ ਕਿ ਨਹੀਂ ਯਾਰ ਇਹ ਬੰਦਾ ਬਹੁਤ ਕਾਬਲ ਹੈ, ਇਹਦੇ ਵਾਸਤੇ ਇਹੋ ਜਿਹਾ ਕੁਛ ਲਿਖਿਆ ਜਾਵੇ, ਆਈ ਐਮ ਲੱਕੀ ਮੇਰੇ ਵਾਸਤੇ ਲਿਖਿਆ ਜਾ ਰਿਹਾ। ਮੈਨੂੰ ਰਾਈਟਰ ਯੰਗ ਮੁੰਡੇ ਨੇ ਕਹਿ ਦਿੰਦੇ ਨੇ ਬਾਬਾ ਜੀ ਇਹ ਸਬਜੈਕਟ ਤੁਹਾਡਾ ਹੀ ਹੈ, ਪਹਿਲਾਂ ਹੀ ਦੱਸ ਦਿੰਦੇ ਨੇ। ਅਤੇ ਉਹ ਸ਼ਾਇਦ ਹੁਣ ਅਜੇ ਵੀ ਬਹੁਤ ਕਾਫੀ ਕੁਛ ਹੋ ਚੁੱਕਿਆ, ਅਜੇ ਵੀ ਲਿਖਿਆ ਜਾ ਰਿਹਾ ਮੇਰੇ ਵਾਸਤੇ। ਮੈਂ ਖੁਸ਼ਕਿਸਮਤ ਹਾਂ, ਰੱਬ ਦਾ ਧੰਨਵਾਦ ਕਰਦਾ। ਪਰ ਇੱਕ ਚੀਜ਼ ਜੀ ਰਹਿੰਦੀ ਹੈ ਮਨ 'ਚ ਕਿ ਇੰਨਾ ਲੇਟ ਨਾ ਕਰਦਾ ਯਾਰ, ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਜਨਮ ਦੇਣ ਵਾਲਿਆਂ ਨੇ ਪਹੁੰਚਾਇਆ, ਉਹਨਾਂ ਨੇ ਮੇਰੀ ਆਹ ਸਕਸੈਸ ਨਹੀਂ ਦੇਖੀ, ਉਹ ਥੋੜ੍ਹਾ ਉੱਪਰ ਵਾਲੇ ਨਾਲ ਰਾਂਝ ਰਹਿੰਦਾ ਮਨ 'ਚ ਇਸ ਗੱਲ ਦਾ। ਸੋ ਇੱਕ ਕਲਾਕਾਰ ਆਪਣੀ ਜ਼ਿੰਦਗੀ ਦੇ ਦਿੰਦਾ ਹੈ ਨਾ ਆਪਣੇ ਕੰਮ ਨੂੰ। ਸੋਹੀ ਸਰ, ਕਿਤੇ ਨਾ ਕਿਤੇ ਅੱਜ ਇੱਦਾਂ ਹੈਗਾ ਕਿ ਨਾਮ ਵੀ ਹੈ, ਪੈਸਾ ਵੀ ਹੈ, ਸਭ ਕੁਛ ਹੈ, ਪਰ ਕਿਤੇ ਨਾ ਕਿਤੇ ਉਸ ਚੀਜ਼ ਦੀ ਘਾਟ ਹੈ ਜਿਸ ਦੇ ਵੱਲ ਤੁਸੀਂ ਆਪਣੇ ਟਾਈਮ ਰਹਿੰਦੇ ਧਿਆਨ ਨਹੀਂ ਦਿੱਤਾ, ਤੁਸੀਂ ਵਿਆਹ ਤੱਕ ਆਪਣਾ ਆਪਣੇ ਕੰਮ ਦੇ ਨਾਲ ਹੀ ਕਰਵਾ ਲਿਆ। ਹਾਂ ਨਹੀਂ, ਉਹ ਤਾਂ ਮੈਂ ਨੋਇੰਗਲੀ ਛੱਡਤਾ ਇਹ ਆਈਡੀਆ, ਇਹ ਖਿਆਲ ਹੀ ਛੱਡਤਾ ਜਦੋਂ ਇਹ ਸਮਝ ਆਈ ਕਿ ਤੇਰੇ ਕੋਲ ਪੈਸਾ ਐਡੀ ਜਲਦੀ ਨਹੀਂ ਆਉਣ ਵਾਲਾ। ਸਾਰੇ ਪਾਸੇ ਇਹ ਹੁੰਦਾ ਕਿ ਤੂੰ ਪਿੱਛੇ ਕੀ ਛੱਡ ਕੇ ਜਾਏਗਾ, ਤੈਨੂੰ ਯਾਦ ਕਰਨ ਵਾਲਾ ਕੌਣ ਹੋਊ, ਪੁੱਤ ਪੋਤਿਆਂ ਵਾਲਾ, ਫਲਾਣੇ ਫਲਾਣੇ, ਜੋ ਕੋਮਨ ਮੈਨ ਦੇ ਜੋ ਸੁਪਨੇ ਹੁੰਦੇ ਨੇ, ਮੇਰੇ ਉਹ ਸੁਪਨੇ ਹੈ ਨਹੀਂ ਸੀ। ਇਸ ਕਰਕੇ ਮੈਨੂੰ ਅੱਜ ਤੱਕ ਬਿਲਕੁਲ ਕਦੇ ਕੋਈ ਮਨ 'ਚ ਰੰਜਿਸ਼ ਇਹ ਨਹੀਂ ਆਈ, ਕਦੇ ਮੈਨੂੰ ਇਸ ਡਰੀਮ ਨੇ ਤੰਗ ਨਹੀਂ ਕੀਤਾ ਯਾਰ ਆਈ ਐਮ ਨੋਟ ਮੈਰਿਡ, ਮੈਂ ਇਕੱਲਾ, ਮੈਂ ਛੜਾਂ, ਮੈਂ ਉਹ ਜਦੋਂ ਸੈੱਟ 'ਤੇ ਆਈਦੇ ਸਾਰੇ ਪੁੱਤ ਧੀਆਂ ਲੱਗਦੇ ਨੇ, ਬਹੁਤ ਰਿਕਾਰਡ ਮਿਲਦਾ ਹੈ ਜੋ ਸ਼ਾਇਦ ਆਪਦੇ ਜਮੇ ਨਹੀਂ ਦਿੰਦੇ, ਉਸ ਤੋਂ ਵੱਧ ਮਿਲਦਾ। ਤੋ ਉਹ ਹੈ ਨਹੀਂ ਮਨ 'ਚ। ਇੱਕ ਪਾਕਿਸਤਾਨ ਦੀ ਫਿਲਮ ਆਈ ਸੀ ਸ਼ਾਇਦ ਖੁਦਾ ਕੇ ਲੀਏ ਸੀ, ਉਹਦੇ 'ਚ ਔਲਾਦਾਂ ਬਾਰੇ, ਬੱਚਿਆਂ ਬਾਰੇ ਕਿ ਮੁਸਲਮਾਨਾਂ ਦੇ ਇੰਨੇ ਇੰਨੇ ਬੱਚੇ ਹੁੰਦੇ ਨੇ, ਇਹ ਹੁੰਦਾ, ਉਹ ਇਹੋ ਜਿਹਾ ਸਬਜੈਕਟ ਸੀ। ਉਹਦੇ 'ਚ ਨਸੀਰੁਦੀਨ ਇੱਕ ਕਿਸੇ ਨੂੰ ਜਵਾਬ ਦਿੰਦਾ ਕਿ ਕੁਰਾਨ ਸ਼ਰੀਫ ਮੈਂ ਕਹਾਂ ਲਿਖਾ ਹੈ ਕਿ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਏ, ਕਹੀਂ ਨਹੀਂ ਲਿਖਾ। ਉਸ ਮੈਂ ਇਹ ਇੱਕ ਆਇਤ ਪੜ੍ਹੀ ਉਹਨਾਂ ਨੇ, ਮੈਂ ਹਿੰਦੀ ਬੋਲਣ ਲੱਗ ਗਿਆ ਕਿਉਂਕਿ ਹਿੰਦੀ ਦੀ ਗੱਲ ਚੱਲ ਰਹੀ ਸੀ ਉਹ, ਤਾਂ ਉਹਨਾਂ ਨੇ ਇੱਕ ਆਇਤ ਪੜ੍ਹੀ, ਆਇਤ ਦਾ ਮਤਲਬ ਇਹ ਸੀ ਕਿ ਜਿਨ ਬੱਚੋਂ ਕੀ ਆਪ ਪਰਵਰਿਸ਼ ਨਹੀਂ ਕਰ ਸਕਤੇ ਉਨਹੇ ਦੁਨੀਆ ਮੈਂ ਲਾਣਾ ਗੁਨਾਹ ਹੈ। ਤਾਂ ਮੈਂ ਤਾਂ ਅੱਛਾ ਕੀਤਾ, ਮੈਂ ਉਹ ਗੁਰਬਤ ਦੇ ਵਿੱਚ ਨਹੀਂ ਬੱਚੇ ਪੈਦਾ ਕੀਤੇ, ਮੈਂ ਉਹ ਗੁਰਬਤ ਨੂੰ ਕਬੂਲ ਕੀਤਾ ਕਿ ਮੈਨੂੰ ਅਜੇ ਫਾਈਟ ਕਰਨਾ ਪਊ। 10-12 ਸਾਲ ਥੀਏਟਰ ਕੀਤਾ, 12 ਸਾਲ ਥੀਏਟਰ ਦੇ ਵਿੱਚ
ਮੇਰੇ ਪਾਪਾ ਨੇ ਮੇਰੇ ਕੱਪੜੇ ਲੈ ਕੇ ਦਿੱਤੇ, ਉਹਨਾਂ ਨੇ ਜੁੱਤੇ ਮੇਰੇ ਪੈਰਾਂ 'ਚ ਪਵਾਏ। ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਮੈਂ ਆਪਣੇ ਜੁੱਤੇ ਅਤੇ ਆਪਣੀ ਡਰੈਸ ਕੱਪੜੇ ਖਰੀਦ ਸਕਦਾ, ਕੁੜਤਾ ਪਜਾਮਾ। ਹਾਂਜੀ, ਸੋ ਉਹ ਜੇ ਦੌਰ 'ਚ ਬੰਦਾ ਕਹੇ ਮੈਂ ਵਿਆਹ ਕਰਾਉਣਾ, ਬੇਵਕੂਫੀ ਹੈ, ਹੋਰ ਕੁਛ ਨਹੀਂ। ਘਰ ਨੋਰਮਲ ਜੇ ਕਰਦਾ ਬੰਦਾ, ਮੈਂ ਉਹਨਾਂ ਉੱਤੇ ਹੋਰ 4 ਬੱਚੇ ਜੰਮ ਕੇ ਭਾਰ ਪਾ ਦਿੰਦਾ। ਮੇਰੀ ਜ਼ਹਿਨੀਅਤ ਨੂੰ, ਮੇਰੇ ਸੁਭਾਅ ਨੂੰ ਇਹ ਨਹੀਂ ਸੂਟ ਕਰਦਾ ਸੀਗਾ। ਸੋ ਇਸ ਕਰਕੇ, ਕਿਉਂਕਿ ਮੇਰੀ ਪ੍ਰੈਫਰੈਂਸ ਸ਼ਾਦੀ ਨਹੀਂ ਸੀ, ਮੇਰੀ ਪ੍ਰੈਫਰੈਂਸ ਸੀ ਇੱਕ ਨਾਮਵਰ ਐਕਟਰ ਹੋਣਾ। ਉਹ ਹਾਸਿਲ ਹੋ ਗਿਆ, ਬਸ ਬੱਚੇ ਉਹ ਤੋਂ ਸੈਕੰਡਰੀ ਚੀਜ਼ ਰਹਿ ਗਈ। ਇੱਕ ਨਾ ਮਾਨਸਿਕਤਾ ਦੀ ਬੜੀ ਪ੍ਰੋਬਲਮ ਹੈ ਸਾਡੇ ਲੋਕਾਂ ਦੇ ਵਿੱਚ, ਹੈ ਨਾ। ਜਦੋਂ ਕਲਾਕਾਰ ਬਣ ਜਾਂਦਾ ਨਾ, ਜਦੋਂ ਕਲਾਕਾਰ ਖੜ੍ਹਾ ਹੋ ਜਾਂਦਾ ਤਾਂ ਕਹਿ ਦੇਣਗੇ ਵੀ ਲੈ ਹੁਣ ਖੜ੍ਹਾ ਹੋਇਆ, ਜਾਂ ਕੁਛ ਵੀ ਕਹਿ ਦੇਣਗੇ, ਹੈ ਨਾ। ਪਰ ਅੱਜ ਜੇ ਤੁਸੀਂ ਇੰਨਾ ਉੱਚਾ ਨਾਮ ਬਣਾਇਆ, ਉਸ ਦੇ ਪਿੱਛੇ ਕਿੰਨੇ ਸਾਲਾਂ ਦੀ ਸਟਰਗਲ ਹੈ, ਹੈ ਨਾ। ਅਤੇ ਮੈਂ ਜ਼ਰੂਰ ਇਹ ਗੱਲ ਜਾਣਨੀ ਚਾਹੂੰਗੀ ਕਿ ਉਹ ਕਿਹੜਾ ਵਕਤ ਸੀ ਜਦੋਂ ਵੈਨਿਟੀ ਮਿਲੀ, ਜਦੋਂ ਇੱਕ ਅੱਛਾ ਅਮਾਊਂਟ ਮਿਲਣਾ ਸ਼ੁਰੂ ਹੋਇਆ, ਜਦੋਂ ਤੁਹਾਨੂੰ ਲੱਗਿਆ ਕਿ ਹਾਂ ਮੇਰੀ ਜਿਹੜੀ ਇੱਛਾ ਸੀ ਉਹ ਹੁਣ ਪੂਰੀ ਹੋਣੀ ਸ਼ੁਰੂ ਹੋ ਚੁੱਕੀ ਆ। ਉਹ ਜਿਹੜਾ ਯੋਗਰਾਜ ਐਂਡ ਗੁੱਗੂ ਗਿੱਲ, ਉਹ ਜਦੋਂ ਦੋਵੇਂ ਦੀ ਜੋੜੀ ਹਿੱਟ ਹੋਈ ਸੀ, ਉਹ ਬੜੇ ਲਾਊਡ ਜਿਹੀਆਂ ਕਿਸਮ ਦੀਆਂ ਫਿਲਮਾਂ ਬਣਦੀਆਂ ਸੀ, ਲੇਕਿਨ ਉਹ ਬਹੁਤ ਪਿਆਰੀਆਂ ਦੁਲਾਰੀਆਂ ਗਈਆਂ ਪੰਜਾਬੀਆਂ ਦੁਆਰਾ। ਉਹ ਘਰਾਂ ਦੇ ਬੱਚੇ ਵੀ ਗੰਡਾਸਿਆਂ 'ਤੇ ਰੋਟੀ ਧਰ ਕੇ ਖਾਣ ਲੱਗ ਗਏ ਸੀ। ਉਸ ਦੌਰ ਤੋਂ ਬਾਅਦ ਜਦੋਂ ਜਿਹੜੀ ਪਹਿਲੀ ਫਿਲਮ ਮੇਰੀ ਆਈ, ਉਹ ਦੌਰ ਦੇ ਵਿੱਚ ਵੀ ਆਈ ਸੀ ਫਿਲਮ ਇੱਕ ਮੇਲਾ, ਉਹਦੇ 'ਚ ਮੈਂ ਮੇਨ ਵਿਲਨ ਪਲੇਅ ਕੀਤਾ। ਅਮਰ ਨੂਰੀ ਜੀ, ਉਹਨਾਂ ਦਾ ਰੋਲ ਬਹੁਤ ਸੋਹਣਾ ਸੀ। ਗਿਰਜਾ ਸ਼ੰਕਰ ਸੀ ਮੇਰਾ ਕੁਲੀਗ ਥੀਏਟਰ ਦਾ। ਉਹ ਫਿਲਮ ਬਸ ਉਸੇ ਦੌਰ ਦੀ ਭੇਂਟ ਚੜ੍ਹ ਗਈ, ਅਦਰਵਾਈਜ਼ ਫਿਲਮ ਬਹੁਤ ਸੋਹਣੀ ਬਣੀ ਸੀ। ਅਤੇ ਉਸ ਤੋਂ ਬਾਅਦ ਫਿਰ ਵਿੱਚ ਇੱਕ ਗੈਪ ਆ ਗਿਆ ਮੇਰਾ। ਮੈਂ ਬੋਂਬੇ ਸੀ, ਉੱਥੇ ਹਿੰਦੀ ਦੇ ਸੀਰੀਅਲ ਵੀ ਕੀਤੇ, ਹਿੰਦੀ ਫਿਲਮਾਂ ਵੀ ਛੋਟੇ ਛੋਟੇ ਰੋਲ ਕੀਤੇ, 4 ਸੀਨ 5 ਸੀਨ ਕਰ ਲਏ, ਲੇਕਿਨ ਮੈਨੂੰ ਕੰਮ ਲਗਾਤਾਰ ਮਿਲਦਾ ਰਿਹਾ, ਰੋਟੀ ਰੋਜ਼ੀ ਵਧੀਆ ਚੱਲਦੀ ਰਹੀ। ਅਤੇ ਕਦੇ ਕਦੇ ਉਹ ਬਹੁਤ ਕੁਛ ਸਮੇਂ ਲਈ ਬਹੁਤ ਮਾੜਾ ਸਮਾਂ ਵੀ ਆਉਂਦਾ ਸੀ ਵਿੱਚ, ਉਹ ਕੱਢ ਲਿਆ। ਉਹ ਆਦਤ ਪਈ ਹੋਈ ਸੀ ਥੀਏਟਰ ਕਰਦੇ ਕਰਕੇ ਭੁੱਖ ਦੁੱਖ ਸਹਿਣ ਦੀ, ਅਤੇ ਉਹਨੂੰ ਹੱਸ ਕੇ ਚੱਲਿਆ, ਪਤਾ ਸੀ ਕਿ ਕੁਛ ਨਾ ਕੁਛ ਸੋਈ ਕਰੇਗਾ ਤੂੰ, ਕੌਨਫੀਡੈਂਸ ਸੀਗਾ। ਅਤੇ ਉਹ ਤੋਂ ਬਾਅਦ ਫਿਰ ਦੌਰ ਆਇਆ ਗਿੱਪੀ ਗਰੇਵਾਲ ਔਰ ਆਪਣਾ ਦੂਸਰਾ ਦਿਲਜੀਤ ਦੁਸਾਂਝ, ਇਹਨਾਂ ਇਕੱਠਿਆਂ ਦੀ ਦੋਵਾਂ ਦੀ ਫਿਲਮ ਆਈ ਸੀ। ਹਾਂ, ਤੁਹਾਡੇ ਜਿਹਨੇ ਮੇਰਾ ਦਿਲ ਲੁੱਟਿਆ, ਉਹਦੇ 'ਚ ਮੈਂ ਗਿੱਪੀ ਦਾ ਫਾਦਰ ਬਣਿਆ। ਉਸ ਫਿਲਮ ਤੋਂ ਫਿਰ ਮੇਰੇ ਕਰੀਅਰ ਨੇ ਇੱਕ ਬੂਸਟ ਲਿਆ, ਜੰਪ ਲਿਆ। ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਪੈਸਾ ਵੀ ਆਉਣ ਲੱਗ ਗਿਆ, ਨਾ ਵੀ ਉਹਦਾ ਤਾਂ ਡਾਇਲੋਗ ਮੈਂ ਅੱਜ ਤੱਕ ਦਰਸ਼ਕਾਂ ਨੂੰ ਸੁਣਾਉਂਦਾ ਰਹਿੰਦਾ। ਹਾਲਾਂਕਿ ਉਹ ਮੈਂ ਹੈਰਾਨ ਹਾਂ ਕਿ ਹੈਰਾਨੀ ਵਾਲੀ ਗੱਲ ਵੀ ਨਹੀਂ, ਕਿਉਂਕਿ ਜਿਹੜੀ ਪੰਜਾਬੀ ਹੈ, ਜਿਹੜੀ ਭਾਸ਼ਾ ਹੈ, ਜਿਹੜਾ ਮੇਰਾ ਮਲਵਈ ਐਕਸੈਂਟ ਹੈ, ਜਿਹੜਾ ਮੇਰਾ ਡਾਇਲੋਗ ਮਲਵਈ 'ਤੇ, ਜਿਹੜੀ ਮੇਰੀ ਪਕੜ ਹੈ, ਉਹਨੇ ਮੈਨੂੰ ਰੋਟੀ ਰੋਜ਼ੀ ਬਹੁਤ ਅੱਛੀ ਦਿੱਤੀ। ਐਕਟਰ ਤਾਂ ਚਲੋ ਠੀਕ, ਐਕਟਰ ਸੋ ਐਂਡ ਸੋ, ਮੈਂ ਠੀਕ, ਮੈਨੂੰ ਪਤਾ ਮੈਂ ਐਕਟਰ ਐਡਾ ਮਾੜਾ ਨਹੀਂ, ਪਰ ਕੋਈ ਇਹ ਕਹਾਂਗੇ ਮੈਂ ਤਾਂ ਬਹੁਤ ਵੱਡੀ ਚੀਜ਼ ਹੋ ਗਿਆ, ਤੋਪ ਬਣ ਗਿਆ, ਉਹ ਵੀ ਨਹੀਂ। ਬਹੁਤ ਕੁਛ ਕਰਨਾ ਬਾਕੀ ਹੁੰਦਾ ਜ਼ਿੰਦਗੀ 'ਚ, ਹਰ ਰੋਜ਼ ਨਵੇਂ ਡਰੀਮ ਲੈਣੇ ਚਾਹੀਦੇ ਨੇ ਕਿ ਫਲਾਂ ਕਿਰਦਾਰ ਮੇਰੀ ਅੱਖ ਤੋਂ ਕਿਵੇਂ ਬਚ ਗਿਆ, ਉਹ ਲਿਖਿਆ ਨਹੀਂ ਕਿਸੇ ਨੇ ਮੇਰੇ ਵਾਸਤੇ, ਉਹ ਜਿਹੜੀ ਭੁੱਖ ਉਹ ਹਾਲੇ ਬਰਕਰਾਰ ਹੈ, ਉਹ ਰਹਿਣੀ ਵੀ ਚਾਹੀਦੀ ਹੈ। ਐਕਟਰ ਦਾ ਤਾਂ ਡਰੀਮ ਇਹੀ ਹੁੰਦਾ ਯਾਰ, ਆਖਰੀ ਸਾਹਿਬ ਹੀ ਕੈਮਰਾ ਆਸ ਪਾਸ ਹੋਵੇ, ਉਦੋਂ ਉਹ ਜਾਵੇ। ਤਾਂ ਸਟੇਜ 'ਤੇ ਵੀ ਸਾਡਾ ਇਹੀ ਹੁੰਦਾ ਸੀਗਾ ਕਿ ਵਿਚਾਰ ਇਹ ਹੁੰਦਾ ਸੀ, ਜਾਣ ਜਾਵੇ ਤਾਂ ਐਸੇ ਫੀਲਡ 'ਚ ਹੱਸਦੇ ਖੇਡਦੇ। ਗੱਲ ਤੁਸੀਂ ਕੀਤੀ ਡਾਇਲੋਗ ਦੀ, ਡਾਇਲੋਗ ਬਿਨਾਂ ਸੁਣਾਏ ਤੁਸੀਂ ਗੱਲ ਅੱਗੇ ਵਧਾ ਲਈ, ਡਾਇਲੋਗ ਤਾਂ ਸੁਣਾਓ। ਡਾਇਲੋਗ ਬਹੁਤ ਸੁਣਿਆ ਹੋਇਆ ਲੋਕਾਂ ਨੇ, ਹੋਰ ਜਿਹੜਾ ਹਿੱਟ ਹੁੰਦਾ ਉਹ ਯਾਦ ਰਹਿ ਜਾਂਦਾ, ਬਾਕੀ ਜਦੋਂ ਅਲੱਗ ਅਲੱਗ ਕਿਰਦਾਰ ਕਰਨ ਦੀ ਤਮੰਨਾ ਹੋਵੇ ਨਾ, ਫਿਰ ਡਾਇਲੋਗ ਜਿਹੜੇ ਹੁੰਦੇ ਨੇ ਉਹ ਪਹਿਲੀ ਫਿਲਮ ਦੇ ਉੱਥੇ ਰਹਿ ਜਾਂਦੇ ਨੇ, ਫਿਰ ਦੂਜੀਆਂ ਫਿਲਮਾਂ ਅੱਗੇ ਆ ਜਾਂਦੀਆਂ ਨੇ, ਉਹ ਹੁੰਦੀਆਂ ਨੇ। ਉਹ ਅਸਲ 'ਚ ਹੁੰਦਾ ਵੀ ਇੱਦਾਂ ਹੀ ਹੈ, ਜਦੋਂ ਬੰਦਾ ਨਵਾਂ ਨਵਾਂ ਐਂਟਰ ਕਰਦਾ ਹੈ, ਉਹ ਪਹਿਲੀਆਂ ਚੀਜ਼ਾਂ ਉਹਦੇ ਬਹੁਤ ਜ਼ਿਆਦਾ ਜ਼ਹਿਨ 'ਚ ਵਸੀਆਂ ਹੁੰਦੀਆਂ, ਚੇਤਿਆਂ 'ਚ ਵਾਸਾ ਹੁੰਦਾ ਉਹਨਾਂ ਦਾ। ਤੋ ਉਹ ਫਿਲਮ ਹਿੱਟ ਹੋਈ ਸੀ, ਔਰ ਮੈਨੂੰ ਵੀ ਇੱਕ ਇਹ ਵੀ
ਸੈਕਿੰਡ ਟਾਈਮ ਫਿਲਮ 'ਚ ਲੌਂਗ ਦਾ ਲਿਸ਼ਕਾਰਾ ਤੋਂ ਬਾਅਦ ਇੱਕ ਹੀ ਵਾਰ ਸੀ ਹਾਂ ਬਈ ਨਾਮ ਹੋਇਆ ਸੀ ਉਸ ਫਿਲਮ ਕਿ ਸੋਹੀ ਨੇ ਯਾਰ ਕਿਆ ਡਾਇਲੋਗ ਬੋਲਿਆ ਐਂ ਕਿਵੇਂ ਲੰਘ ਜਾਓ ਖੇਤਾਂ 'ਚੋਂ ਪਾਣੀ ਨੱਕਾ ਮੋੜ ਕੇ ਦਿਖਾ ਜੇ ਕਹੀ ਨਾਲ ਗਾਟਾ ਨਾਲਾ ਦਿਆਂ ਕਿਆ ਬਾਤ ਹੈ ਅੱਜ ਵੀ ਉਹੀ ਇੱਕ ਫੀਲ ਜਿਹੜਾ ਨਾ ਉਹ ਫੀਲ ਕੀਤਾ ਜਾ ਸਕਦਾ ਹੈ ਨਾ ਸੋ ਵਾਕਈ ਦੇ ਵਿੱਚ ਸਰ ਤੁਸੀਂ ਹੁਣ ਤੱਕ ਜਿੰਨਾ ਵੀ ਆਪਣਾ ਜ਼ਿੰਦਗੀ ਦਾ ਤਜਰਬਾ ਇਸ ਇੰਡਸਟਰੀ ਨੂੰ ਦਿੱਤਾ ਉਹ ਵਾਕਈ ਦੇ ਵਿੱਚ ਕਾਬਿਲ ਤਾਰੀਫ ਹੈ ਪਰ ਅੱਜ ਜੇ ਗੱਲ ਕਰੀਏ ਟੌਰ ਨਾਲ ਛੜੇ ਮੁੰਡੇ ਦੀ ਹੈ ਨਾ ਸ਼ੌਂਕ ਕੀ ਨੇ ਜਦੋਂ ਘਰ ਦੇ ਵਿੱਚ ਜਾਂਦੇ ਹੋ ਸੋ ਇਹ ਟੌਰ ਨਾਲ ਛੜਾ ਮੁੰਡਾ ਕਿਹੜੇ ਕਿਹੜੇ ਸ਼ੌਂਕ ਰੱਖਦਾ ਜਿਹੜੇ ਫਰੀ ਹੋ ਕੇ ਜ਼ਿੰਦਗੀ ਤੋਂ ਉਹ ਸ਼ੌਂਕ ਕਦੇ ਕਦੇ ਪੂਰੇ ਕਰਦਾ ਸ਼ੌਂਕ ਮੈਂ ਕੋਈ ਬਹੁਤੇ ਸ਼ੌਂਕ ਨਹੀਂ ਪਾਲੇ ਹੋਏ ਸੈਰ ਨੂੰ ਨਿਕਲ ਗਿਆ ਪਿੰਡ ਜਾਂਦਾ ਹੁਣ ਥੋੜ੍ਹਾ ਇਹ ਹੈਲਥ ਕੌਨਸ਼ੀਅਸ ਵੀ ਹੋ ਗਿਆ ਹੁਣ ਕਿ ਜਿਉਂ ਜਿਉਂ ਉਮਰ ਵੱਧਦੀ ਹੈ ਫਿਰ ਬੰਦੇ ਨੂੰ ਦਿਲ ਕਰਦਾ ਨਹੀਂ ਯਾਰ ਅਜੇ ਤਾਂ ਹੋਰ ਜਿਉਣਾ ਜਵਾਨ ਹਾਂ ਜੇ ਜੇ ਜਿਉਣ ਦੀ ਲਾਲਸਾ ਹੈਗੀ ਤਾਂ ਉਹ ਵੀ ਹੈ ਕਿ ਤੁਸੀਂ ਸਿਹਤ ਬਰਕਰਾਰ ਰੱਖਣੀ ਹੈ ਸਿਹਤ ਬਰਕਰਾਰ ਤਾਂ ਜਿਹਦੀ ਸਿਹਤ ਠੀਕ ਹੈ ਉਹ ਆਲਵੇਜ਼ ਜਵਾਨ ਹੈ ਬੁੱਢੇ ਵੀ ਜਵਾਨ ਹੁੰਦੇ ਨੇ ਜਿਹਦੀ ਸਿਹਤ ਚੰਗੀ ਹੋਵੇ ਸਿਹਤ ਪਰਮਾਤਮਾ ਦੀ ਕਿਰਪਾ ਹੈ ਸਿਹਤ ਠੀਕ ਹੈ ਅਜੇ ਅਜੇ ਕੋਈ ਯਕੀਨ ਹੀ ਨਹੀਂ ਕਰਦਾ ਕਿ ਇੰਨੀ ਏਜ ਹੋ ਗਈ ਮੈਂ ਦੱਸਦਾ ਰਹਿੰਦਾ ਕਿ ਮੈਂ ਇੰਨੇ ਸਾਲ ਦਾ ਹੋ ਗਿਆ ਪਰ ਅੱਜ ਮੈਂ ਨਹੀਂ ਦੱਸਣਾ ਠੀਕ ਹੈ ਤੁਸੀਂ ਨਾ ਦੱਸੋ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕਿਹੜੇ ਕਿਰਦਾਰ ਕਿਹੜੇ ਰੋਲ ਇਹੋ ਜਿਹੇ ਨੇ ਜਿਹੜੇ ਸੋਹੀ ਸਾਹਿਬ ਤੁਸੀਂ ਚਾਹੁੰਦੇ ਹੋ ਵੀ ਹਾਂ ਇਹ ਕਿਰਦਾਰ ਮੈਂ ਬਣਿਆ ਇਹਨਾਂ ਕਿਰਦਾਰਾਂ ਲਈ ਅਤੇ ਇਹ ਹਜੇ ਮੇਰੇ ਬਾਕੀ ਨੇ ਇਹ ਮੈਂ ਜ਼ਰੂਰ ਕਰਾਂਗਾ ਮੈਂ ਜਵਾਨੀ ਵੇਲੇ ਮੈਂ ਪ੍ਰਾਣ ਸਾਹਿਬ ਦਾ ਬਹੁਤ ਫੈਨ ਰਿਹਾ ਫਿਰ ਬਾਅਦ 'ਚ ਅਮਰੀਸ਼ ਪੁਰੀ ਸਾਹਿਬ ਦਾ ਓਮ ਪੁਰੀ ਸਾਹਿਬ ਇਹ ਕੁਛ ਜਿਹੜੇ ਐੱਨ ਐੱਸ ਡੀ ਵਾਲੇ ਨਸੀਰ ਭਾਈ ਇਹ ਮੇਰੇ ਬਹੁਤ ਪਸੰਦੀਦਾ ਐਕਟਰਸ ਨੇ ਮੈਂ ਨੈਗੇਟਿਵ ਰੋਲਸ ਮੇਰੇ ਉਸਤਾਦ ਸਵਰਗੀ ਹਰਪਾਲ ਟਵਾਣਾ ਸਾਹਿਬ ਉਹਨਾਂ ਨੇ ਜਦੋਂ ਮੈਂ ਉਹਨਾਂ ਕੋਲ ਗਿਆ ਮੈਨੂੰ ਮੇਰੀ ਸ਼ੁਰੂਆਤ ਹੀ ਨੈਗੇਟਿਵ ਰੋਲ ਖੇਡਣ ਤੋਂ ਹੋਈ ਸੀ ਅਸੀਂ ਹਿੰਦੀ ਦੀ ਚਾਦਰ ਪਲੇ ਕੀਤਾ ਉਹਦੇ ਵਿੱਚ ਵੀ ਮੈਂ ਨੈਗੇਟਿਵ ਜੋ ਉਸ ਵੇਲੇ ਦੇ ਮੁਸਲਿਮ ਜੋ ਰੂਲਰ ਸੀਗੇ ਉਹਨਾਂ ਦੇ ਕੈਰੈਕਟਰ ਖੇਡੇ ਫਿਰ ਫਿਲਮਾਂ ਦੇ ਵਿੱਚ ਵੀ ਮੈਨੂੰ ਜ਼ਿਆਦਾਤਰ ਨੈਗੇਟਿਵ ਰੋਲ ਮਿਲਦੇ ਰਹੇ ਆ ਅਤੇ ਪਰ ਇਹ ਪਤਾ ਨਹੀਂ ਕਿਉਂ ਜਿਨ੍ਹਾਂ ਨੇ ਵਿਲਨ ਦੇ ਰੋਲ ਕੀਤੇ ਨੇ ਉਹਨਾਂ ਨੇ ਇਮੋਸ਼ਨਲ ਜਿਹੜੇ ਕੈਰੈਕਟਰ ਖੇਡੇ ਨੇ ਉਹਨਾਂ 'ਚ ਵੀ ਲੋਕਾਂ ਨੂੰ ਰੱਜ ਕੇ ਰਵਾਇਆ ਹੈ ਪਰ ਉਹ ਮੇਰੇ ਹਿੱਸੇ ਵੀ ਆਇਆ ਉਹ ਮੈਂ ਇਮੋਸ਼ਨਲ ਕੈਰੈਕਟਰ ਵੀ ਬਹੁਤ ਖੇਡੇ ਨੇ ਪਰ ਬਹੁਤ ਕੁਛ ਹੈ ਅਗਰ ਇਮੋਸ਼ਨਸ ਨੇ ਤਾਂ ਹੀ ਸਾਨੂੰ ਇਨਸਾਨ ਕਹਿੰਦੇ ਆ ਇਨਸਾਨੀਅਤ ਜਿੰਦਾ ਰੱਖਣ ਵਾਸਤੇ ਤੁਸੀਂ ਇਮੋਸ਼ਨਲ ਸੈਂਸੀਬਲ ਸੈਂਸਿਟਿਵ ਇਹ ਸਾਰੀਆਂ ਗੱਲਾਂ ਤੁਹਾਡੇ 'ਚ ਹੋਣੀਆਂ ਚਾਹੀਦੀਆਂ ਨੇ ਕਈ ਬੰਦੇ ਸੈਂਸੀਬਲ ਹੁੰਦੇ ਨਾਲ ਸੈਂਸੀਟਿਵ ਨਹੀਂ ਹੁੰਦੇ ਸੈਂਸੀਟਿਵ ਹੋਣਾ ਬਹੁਤ ਬਹੁਤ ਲਾਜ਼ਮ ਹੈ ਮੈਨੂੰ ਆ ਪਿੱਛੇ ਜੇ ਮੈਂ ਸ਼ਾਵਾ ਨਿਗਰ ਧਾਰੀਲਾਲ ਫਿਲਮ ਕਰ ਰਿਹਾ ਸੀ ਗਿੱਪੀ ਨੇ ਸਾਹਮਣੇ ਮੋਨੀਟਰ ਲੱਗਿਆ ਮੋਨੀਟਰ ਤੋਂ ਸਵੇਰੇ ਸਵੇਰੇ ਥੋੜ੍ਹਾ ਜਿਹਾ ਟਾਈਮ ਹੈਗਾ ਸੀ ਗੱਲ ਕਰਨ ਦਾ ਕੁਰਸੀ ਘੁਮਾਈ ਹੈ ਆ ਬਾਪੂ ਹੈ ਨਾ ਜਿਹੜਾ ਇਹਨੂੰ ਜਿਹੜਾ ਇੱਦਾਂ ਹੀ ਉਂਗਲੀ ਘੁਮਾ ਕੇ ਆਹ ਰੱਬ ਨੇ ਬਹੁਤ ਕਮਾਲ ਦਾ ਦਿੱਤਾ ਇਹਦੇ 'ਤੇ ਐਕਸਪ੍ਰੈਸ਼ਨ ਐਂ ਖਿੜ ਖਿੜ ਕੇ ਆਉਂਦੇ ਨੇ ਅਸੀਂ ਜ਼ੋਰ ਲਾ ਲਾ ਥੱਕ ਜਾਂਦੇ ਇਹੋ ਜਿਹੇ ਐਕਸਪ੍ਰੈਸ਼ਨ ਨਹੀਂ ਆਉਂਦੇ ਉੱਥੇ ਮੈਂ ਵੀ ਕਹਿਣਾ ਹੁੰਦਾ ਕਿ ਐਕਟਰ ਗੋਡ ਗਿਫਟਡ ਐਕਟਰ ਗਿਫਟਡ ਐਕਟਰ ਘੱਟ ਹੁੰਦੇ ਨੇ ਬਲੈਸਡ ਪਰਮਾਤਮਾ ਵੱਲੋਂ ਮੇਰੇ 'ਤੇ ਕਿਰਪਾ ਪਰਮਾਤਮਾ ਦੀ ਕੋਈ ਜਦੋਂ ਕਿਰਦਾਰ ਇਹੋ ਜਿਹਾ ਕਰਦਾ ਜਿਹੋ ਜਿਹਾ ਕਿਰਦਾਰ ਕਰਦਾ ਉਹ ਮੇਰੀ ਸਕਿਨ ਰਿਫਲੈਕਟ ਕਰਦੀ ਹੈ ਮੇਰੇ ਰੋਏ ਖੜੇ ਹੁੰਦੇ ਆ ਨਹੀਂ ਹੁੰਦੇ ਲੋਕਾਂ ਦੇ ਗਲੇਸਰੀਨ ਪਾ ਪਾ ਕੇ ਰੋਂਦੇ ਨੇ ਮੈਂ ਅਕਸਰ ਪਹਿਲੇ ਇੱਕ ਦੋ ਸ਼ੋਟ ਰੋਣ ਤੋਂ ਨਾਲੇ ਬਿਨਾਂ ਗਲੇਸਰੀਨ ਤੋਂ ਆਰਾਮ ਨਾਲ ਦੇ ਸਕਦਾ ਕਿਉਂਕਿ ਮੈਂ ਉਹ ਟੁੱਬੀ ਛੇਤੀ ਮਰ ਜਾਂਦਾ ਉਹ ਬਹੁਤ ਔਖੀ ਹੁੰਦੀ ਟੁੱਬੀ ਮਾਰਨੀ ਕੋਈ ਸਿਖਾ ਨਹੀਂ ਸਕਦਾ ਘੋਲ ਕੇ ਤੁਹਾਡੇ ਅੰਦਰ ਨਹੀਂ ਪਾਇਆ ਜਾ ਸਕਦਾ ਕਿ ਇਸ ਤਰ੍ਹਾਂ ਇਸ ਪਾਤਰ ਦੇ ਧੁਰ ਅੰਦਰ ਤੱਕ ਲੈਣਾ ਡਾਇਲੋਗ ਬੋਲ ਦਿਆਂਗੇ ਵੇਰੀਏਸ਼ਨ ਆਜੂ ਉਹ ਤਾਂ ਪ੍ਰੈਕਟਿਸ ਨਾਲ ਤੁਸੀਂ ਇੱਦਾਂ ਕਾਲਾ ਸਾਹ ਲੱਗਦਾ ਇੱਦਾਂ ਬੇਸ ਲੱਗਦਾ ਇੱਦਾਂ ਉੱਪਰ ਜਾਈਦਾ ਉਹ ਸਿੱਖ ਜਾਂਦਾ ਹੈ ਲੇਕਿਨ ਇੱਦਾਂ ਖੜ੍ਹੇ ਖੜ੍ਹੇ ਅੱਖਾਂ ਡੱਪ ਡੱਪ ਭਰ ਜਾਣ ਤੁਹਾਡਾ ਕੰਡ ਰੁਕ ਜੇ ਇਹ ਉਹਦੀ ਕਿਰਪਾ ਪਲੱਸ ਤੁਸੀਂ ਮੈਂ ਹੁਣੇ ਕਿਹਾ ਖੇਡਿਆ ਸੀ ਕਿ ਸੈਂਸੀਬਲ ਔਰ ਸੈਂਸੀਟਿਵ ਮੈਂ ਬਹੁਤ ਸੈਂਸੀਟਿਵ ਹਾਂ ਸੈਂਸੀਟਿਵਨੈਸ ਨੇ ਮੈਨੂੰ ਇਮੋਸ਼ਨਲੀ ਇਮੋਸ਼ਨਲ ਕੈਰੈਕਟਰ ਲਿਖਦੇ ਲਿਖਦੇ ਖੇਡਦੇ ਖੇਡਦੇ
मैं एंगजाइटी का शिकार 2.5 साल मैनू एंगजाइटी ने इन्ना तंग किया थी, हुण कंट्रोल है। अजे भी मैनू तेज़ रफ्तार गड्डियां तो या हाइट तो अग तो पानी तो अजे भी डर लगता। गड्डी चलाउणी मैनू डॉक्टर ने मना करती सी अज तो 15-20 साल पहले बॉम्बे से, मैं गड्डी चलाउंदा चलाउंदा मैं घबरा गया। इधर भी गड्डियां वो उत्थे दे हाईवे पैं 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 पैं, इधर 6 गड्डियां इधर 4 गड्डियां इधर, तो मैं घबरा गया। मैं गड्डी हौली हौली पासे लाई, डॉक्टर को गया, वो कहता आर यू मैड, आप एंगजाइटी के मरीज़ हैं और गाड़ी चला रहे हैं, गाड़ी इधर खड़ी करो, अपने दोस्त को किसी को फ़ोन करो और गाड़ी वो लेके जाएगा चला के, ठीक है, और इसका प्रॉपर ट्रीटमेंट इसको बीमारी नहीं मानते हम लोग। वो कहता बीमारी नहीं है, सेल्फ कंट्रोल है, उससे बाहर आओ आप, जो भी आपकी ज़िंदगी में ट्रेजडी हुई हैं उनको भूलने की कोशिश करो, पाठ पूजा करो और ध्यान लगाओ। उदे च मैनू होम्योपैथी भी रिकमेंड की, उन्हें होम्योपैथी मेडिसिन है थोड़ा वो कंट्रोल कर दिया, वो लो। इस करके सानू पहला असीं हसदे होंदे जदों कहिंदे सी भई दिलीप साहब ने, दिलीप कुमार साहब ने देवदास खेडी सी, उन्हां नू सैकेट्रिक कोले जाना पिया जी। वाकई जाना पैंदा, वाकई मेरे नाल होया। मैं इत्थे असीं सीरियल करदे हुंदे सी उदों सरहद नाल ही नाल मनजीत ते जगजीत करदे सी, मनजीत ते जगजीत भी ट्रैजिक, सरहद भी ट्रैजिक। मनजीत ते जगजीत एक नैगेटिव करैक्टर का पूरा वो मतलब टर्नर पूरा पूरा, वो बंदा हौली हौली साधु तक पहुँच जाता, अपने आप नाल लड़ता है कि पहला तो ऐ लड़ता है यार मैं वधिया सी, बंदा मारिया पाया से जेब च पाए, वो भाऊ बनया सी अमृतसरी, भाषा भी बड़ी कमाल बोली सी, यार ये प्यार हुंदा कि ये पता ही कोई नहीं, बंदा वड्या पैसे बोझे पाए तो गांह टुरदे होए फस गया यार तू, बच्चिया नाल प्यार हो गया, इनू भैन कहन लग पिया है, की हो रहा तेरे नाल, वो इस तरह का करैक्टर सी। वो उधर सरहद वाला रिटायर्ड फौजी, एक पुत शहीद हो गया, दूजा फौज गया होया, पता नहीं मिलता ही किधर गया, मर गया जिंदा बचदा, इहो जिहा करैक्टर। वो करैक्टर खेडते खेडते मैनू एंगजाइटी का फस्ट टाइम अटैक आया सी, मैनू लैके गया सी उहदे कोल, गड्डी हुंदी सी फीड, उदों मैं पुछया, मैं कहा मैनू ये हुण दूजी तीजी बार हो गया अज, ते गड्डी हैगी हैगी गड्डी खड़ी, डॉक्टर कोल गए, डॉक्टर नूं जाण सर गया जी आह प्रॉब्लम है, सीन विच रहिंदा, मैनू तुसीं थोड़ा जिहा डोज दे दिओ जिहदे नाल मैं 15-20 मिनट सौ लां ते मैं उह सीन पूरा कर लां। डॉक्टर भी हसदे हुंदे ने, कहिंदा ये थोड़ी जिहड़ी जमात है एक्टरां दी, ये मरदे मरदे भी कहणगे मैं माड़ा जिहा डैथ नूं रोक लो यार, मैं आ सीन पूरा कर लां। वेरी ट्रू जी, ओ ट्रू है। ओ इस तरह बहुत बार होया है, और कोई जदों मैं यहो जी गल्लां सुणाउणा कई तो कर कि यार ऐ थोड़े हुंदा जिवें इह करी जांदा, वह भाई फिर जे ऐ हुंदा तां ही सरदार सोही परमजीत सिंह तो सरदार सोही बनिया, तां ही हर बंदा कहिंदा है वी यार आ बंदा। मैं हुण इंग्लैंड शूट करन गया, उत्थों किप्पी दी फिल्म लगी सी आ जिहड़ी हुणे थोड़ी देर पहलां मैं नाम भुल जांदा उहदे, जिहदे च सिंगर बने ने, हाँ सिंगर, उह वाल जे लंबे ला के सिंगर बने आ, उह फिल्म पाणी विच मदाणी, हाँ पाणी विच मदाणी, उत्थों उत्थे करमजीत नूं मोल दी गल होई, उहने कहता बापू भी नाल है आ जाओ आ जाओ नाल लै के आ यार, अपनी फिल्म दा प्रीमियर है। मैं उत्थे गया, मैं स्टंड, मैं क्या यार इन्ना प्यार करते लोग, इन्ना वेट करते है, एक लेडी खड़ी मैनू देख के आ सोही साहब तुसी, किन्ने सालों तो मैं वेट करती थी कि आ बंदे नू कदों मिलूंगी, ये दर्शन कदों करूंगी, एडा फैंटेस्टिक एक्टर। मैं वह रोन लगी, कहती सोही साहब आ गई, आ कोले कोले आ, कहती सोही साहब मैनू घुट के जब्बी पा लो। मैं क्या यार
क्या सोहनी सोल है, पहली बारी लाइफ च मिलिया ਉਹ ਇੰਨੇ ਲੋਕਾਂ ਸਾਹਮਣੇ ਉਹਨੂੰ ਇੰਨੀ ਇਨਵੋਲਵ ਹੋਈ ਹੈ, ਇੰਨੀ ਮੁਤਾਸਿਰ ਹੋਈ ਹੈ ਮੇਰੀ ਪ੍ਰਤਿਭਾ ਤੋਂ ਕਿ ਮੈਨੂੰ ਕਹਿੰਦੇ ਮੈਨੂੰ ਜਾਪੀ ਵਾਓ ਉੱਠ ਕੇ, ਮੈਂ ਮੇਰਾ ਸੁਪਨਾ ਪੂਰਾ ਹੋ ਗਿਆ ਵੀ ਮੈਂ ਤੁਹਾਨੂੰ ਮਿਲਣਾ ਸੀ, ਮਿਲਣਾ ਮਿਲੇ। ਮਤਲਬ ਇਹੋ ਜਿਹੀਆਂ ਖੱਟੀਆਂ ਤਾਂ ਖੱਟੀਆਂ ਜਾਂਦੀਆਂ ਨੇ ਜੇ ਤੁਸੀਂ ਉਸ ਲੈਵਲ ਦੀ ਮਿਹਨਤ ਕਰੋਗੇ। ਮੈਂ ਬਹੁਤ ਲੋਕਾਂ ਨੂੰ ਇਹ ਐਗਜ਼ਾਮਪਲ ਦੇ ਚੁੱਕਿਆ, ਮੈਂ ਕਰੈਕਟਰ ਖੇਡਣ ਵਾਸਤੇ ਥੀਏਟਰ ਤੋਂ ਹੀ, ਟਿਵਾਣਾ ਸਾਹਿਬ ਕਹਿੰਦੇ ਹੁੰਦੇ ਸੀ ਬੇਟਾ ਮੈਨੂੰ ਬੜੇ ਚੈਲੇਂਜਿੰਗ ਰੋਲ ਦਿੰਦੇ ਰਹੇ ਟਿਵਾਣਾ ਸਾਹਿਬ। ਮੈਂ 55-56 ਕਿਲੋ ਦਾ ਸੀ ਜਦੋਂ ਮੈਨੂੰ ਟਿਵਾਣਾ ਸਾਹਿਬ ਨੇ ਕਿਹਾ ਵੀ ਬੇਟਾ ਅਸੀਂ ਪੰਜਾਬੀ 'ਚ ਰਮਾਇਣ ਕਰ ਰਹੇ ਸੀ, ਤੂੰ ਹਨੂੰਮਾਨ ਜੀ ਦਾ ਰੋਲ ਕਰਨਾ। ਮੈਂ ਸਰ ਅਸੀਂ ਪਿੰਡਾਂ ਦੇ ਰਹਿਣ ਵਾਲੇ ਨੇੜੇ ਜਾਂਦੇ ਸੀ, ਕਸਬੇ ਹੁੰਦੇ ਸੀ ਵੱਡੇ ਵੱਡੇ ਨੇੜੇ, ਸ਼ੇਰਪੁਰ ਸੀ ਸਾਡੇ ਨੇੜੇ, ਉੱਥੇ ਰਾਮਲੀਲਾ ਦੇਖਣ ਜਾਂਦੇ ਤਾਂ ਉਹ ਮੋਟੇ ਮੋਟੇ ਲਾਲੇ ਸੇਠ ਮੋਟੇ ਮੋਟੇ ਉਹ ਇਹੋ ਜਿਹੇ ਕਿਰਦਾਰ ਖੇਡਦੇ ਹੁੰਦੇ ਸੀਗੇ, ਦਸ਼ਰਤਾ ਹੋ ਗਿਆ, ਭੀਮ ਹੋ ਗਿਆ, ਇਹ ਹੋ ਗਿਆ, ਉਹ ਸਾਰੇ ਮਤਲਬ ਉਹ ਹੱਟੇ ਕੱਟੇ ਬੰਦੇ ਹੁੰਦੇ ਭਾਰੇ। ਹਨੂੰਮਾਨ ਜੀ ਤੋਂ ਜਿਹੜੇ ਮਤਲਬ ਪਹਾੜ ਹੱਥ 'ਤੇ ਚੱਕ ਲਿਆ, ਮਹਾਂਬਲੀ ਕਿਹਾ ਜਾਂਦਾ ਸੀ, ਉਹ ਕਿਰਦਾਰ 55 ਕਿਲੋ ਦੇ ਬੰਦੇ ਨੂੰ ਕਰਨਾ। ਪਰ ਮੈਂ ਟਿਵਾਣਾ ਸਾਹਿਬ ਕਹਿੰਦੇ ਅੱਛਾ ਤੂੰ ਡਾਇਰੈਕਟਰ ਬਣ ਗਿਆ, ਤੈਨੂੰ ਮੈਂ ਕਹਿ ਰਿਹਾ ਕਰੈਕਟਰ ਤੂੰ ਕਰੇਗਾ, ਓਕੇ। ਮੈਂ ਕਿਹਾ ਯਾਰ ਗੁਰੂ ਜੀ ਇੰਨਾ ਭਰੋਸਾ ਕਰਕੇ ਮੇਰੇ 'ਤੇ ਮੈਨੂੰ ਕਰਨ ਨੂੰ ਕਰਨ, ਚਲੋ ਕਰਦੇ ਹਾਂ। ਫਿਰ ਮੈਂ ਆਪਣੇ ਆਪ ਉਹ ਕਰੈਕਟਰ ਕਿਵੇਂ ਕਰਿਆ, ਬਹੁਤ ਲੰਬੀ ਕਹਾਣੀ ਹੈ, ਕਿੰਨੀ ਕੁ ਮਿਹਨਤ ਕੀਤੀ, ਕੀ ਕੀਤੀ। ਜਦੋਂ ਫਿਰ ਅਸੀਂ ਸ਼ੋਅ ਕੀਤਾ ਚੰਡੀਗੜ੍ਹ ਟੈਗੋਰ ਥੀਏਟਰ 'ਚ, ਡਾਕਟਰ ਅਤਰ ਸਿੰਘ ਬਾਬਾ ਫ੍ਰੀ ਚੇਅਰ ਦੇ ਹੈੱਡ ਪੰਜਾਬ ਯੂਨੀਵਰਸਿਟੀ ਤੋਂ, ਉਹ ਪਲੇਅ ਦੇਖਣ ਆਏ, ਉਹਨਾਂ ਨੇ ਪਲੇਅ ਦੇਖ ਕੇ ਲਿਖਿਆ ਕਿ ਸਰਦਾਰ ਸੋਹੀ ਹੈਜ਼ ਗਿਵਨ ਨਿਊ ਡਾਇਮੈਂਸ਼ਨ ਟੂ ਹਨੂੰਮਾਨਾ। ਸੋ ਇਹੋ ਜਿਹੀ ਇੱਕ ਇੱਕ ਲਾਈਨ ਲਿਖਾਉਣ ਵਾਸਤੇ ਬੜਾ ਕੁਛ, ਬੜੀਆਂ ਮਿਹਨਤ ਆ, ਸਖ਼ਤ ਘਾਲਣਾ ਕਰਨੀ ਪੈਂਦੀ ਹੈ। ਅੱਜ ਤੁਹਾਡੇ ਸਾਹਮਣੇ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਫੈਂਕ ਰਿਹਾ, ਫੈਂਕ ਨਹੀਂ ਰਿਹਾ, ਚਲੋ ਬੋਲ ਤਾਂ ਸੱਚ ਹੀ ਰਿਹਾ, ਉਹ ਤਾਂ ਕਰ ਰਿਹਾ ਐਡੇ ਕੋਨਫੀਡੈਂਸ ਨਾਲ ਕਿ ਮੈਂ ਬੜੀ ਲੰਬੀ ਮਿਹਨਤ ਕੀਤੀ ਹੈ। ਅੱਜ ਕੱਲ੍ਹ ਦੀ ਯੂਥ ਨੂੰ, ਮੁੰਡਿਆਂ ਨੂੰ ਮੈਂ ਕਹਿੰਦਾ ਯਾਰ ਮਿਹਨਤ ਕਰਿਆ ਕਰੋ, ਤੁਸੀਂ ਘਰੋਂ ਇੱਕ ਸੁਪਨਾ ਦੇਖ ਕੇ ਆ ਗਏ, ਕਈਆਂ ਨੂੰ ਪਰਮਾਤਮਾ ਮੇਰੇ ਰਾਤੋਂ ਰਾਤ ਸਟਾਰਜ਼ਨ ਵੀ ਮਿਲ ਗਈ, ਪਰ ਤੁਸੀਂ ਹਰ ਵਾਰੀ ਉਨੀ ਇੰਨੀ ਮਿਹਨਤ ਕਰਦੇ ਝਲਕਦੇ ਨਹੀਂ ਤੁਸੀਂ, ਫਿਰ ਉਹੀ ਰੈਪੀਟੇਸ਼ਨ ਬਸ। ਹਾਂ ਜੋ ਸਟਾਈਲ ਹੈ ਫੜਿਆ, ਉਹ ਕੁਛ ਨਵਾਂ, ਕੁਛ ਅਲੱਗ, ਕੁਛ ਯਾਰ ਆਹ ਜਿਵੇਂ ਮੈਂ ਹੁਣ ਮੈਂ ਫਿਲਮ ਕੀਤੀ ਇੱਕ ਜਮਰੌਦ, ਨਵਤੇਜ ਸੰਧੂ ਉਹਦਾ ਡਾਇਰੈਕਟਰ ਹੈ। ਮੈਨੂੰ ਕੱਲ੍ਹ ਹੀ ਸੱਚ ਫੋਨ ਆ, ਕੱਲ੍ਹ ਉੱਥੇ ਇੱਕ ਮਿਸਟਰ ਹੈਰੀ ਨੇ ਬਰਾੜ ਬਠਿੰਡੇ ਤੋਂ, ਉੱਥੇ ਉਹਨਾਂ ਦਾ ਬੇਟਾ ਹੋਲੀਵੁੱਡ 'ਚ ਵੀ ਕੰਮ ਕਰ ਰਿਹਾ ਅੱਜ ਕੱਲ੍ਹ, ਉਹਦਾ ਮੈਨੂੰ ਫੋਨ ਆਇਆ ਕਹਿੰਦਾ ਸੋਹੀ ਸਾਹਿਬ ਮੈਨੂੰ ਡੇਲੀ 8-10 ਫੋਨ ਆਉਂਦੇ ਨੇ ਯਾਰ, ਇਹ ਸੋਹੀ ਜਮਰੌਦ 'ਚ ਜੋ ਟਾਈਟਲ ਕਰੈਕਟਰ ਕਰ ਗਿਆ, ਫਿਲਮ ਵਾਲੇ ਉਹੀ ਜਿਹੇ ਕਰੈਕਟਰ ਕਿਉਂ ਨਹੀਂ ਲਿਖਦੇ? ਸੋਹੀ ਐਡਾ ਪਾਏਦਾਰ, ਐਡਾ ਗਹਿਰਾ ਡੂੰਘਾ ਐਕਟਰ ਹੈ, ਉਹ ਇਹੋ ਜਿਹੇ ਪਹਿਲੀ ਵਾਰੀ ਦੇਖਿਆ ਰੂਪ ਸੋਹੀ ਦਾ ਯਾਰ, ਸਾਡਾ ਸਾਰਾ ਟੱਬਰ ਰੋਂਦਾ ਆਇਆ ਫਿਲਮ ਦੇਖਦਾ ਹੋਇਆ, ਔਰ ਉਹਨੇ ਐਡੇ ਆਰਾਮ ਨਾਲ ਰੋਲ ਕੀਤਾ, ਉਹ ਐਂ ਲੱਗਿਆ ਵੀ ਇਹਦੇ ਨਾਲ ਹੀ ਵਾਪਰ ਗਿਆ ਸਾਰਾ ਕੁਛ। ਆਹ ਅਸੀਂ ਸੋਹੀ ਨੂੰ ਦੇਖ ਕੇ ਧੰਨ ਧੰਨ ਹੋ ਜਾਂਦੇ ਸੀ, ਅਸੀਂ ਕਹਿੰਦਾ ਐਂ ਕਰੀ ਜਾਂਦਾ ਉਹ ਵਾਹ ਇਹਦੀ ਮਾਂ ਜੀ ਨੇ ਜੰਮਿਆ ਇਹੋ ਜਿਹਾ ਐਕਟਰ, ਇਹੋ ਜਿਹਾ। ਮੇਰੇ ਮਾਪਿਆਂ ਨੂੰ ਵੀ ਲੋਕ ਦੁਆਵਾਂ ਦੇ ਰਹੇ ਸੀ ਜੀ। ਸੋ ਇਸ ਫਿਲਮ ਦੀ ਗੱਲ ਕਰਦੇ ਹਾਂ, ਅਨੀਤਾ ਸਤੀਸ਼ ਜੀ ਦੀ ਗੱਲ ਕਰ ਲਈਏ, ਸ੍ਰਿਸ਼ਟੀ ਮਾਨ ਜੀ ਦੀ ਗੱਲ ਕਰ ਲਈਏ, ਕਰਮਜੀਤ ਅਨਮੋਲ ਜੀ, ਸੋ ਜਿੱਥੇ ਮੰਝੇ ਹੋਏ ਕਲਾਕਾਰ ਨੇ ਉੱਥੇ ਇਹ ਸ੍ਰਿਸ਼ਟੀ ਵਰਗੀ ਨਵੀਂ ਕਲਾਕਾਰ ਵੀ ਹੈ। ਸੋ ਸਰ ਇਸ ਫਿਲਮ ਨੂੰ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ, ਇਸ ਫਿਲਮ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਤੁਸੀਂ ਹੰਢਾ ਰਹੇ ਹੋ? ਬਹੁਤ ਬਹੁਤ ਪਿਆਰਾ ਪਿਆਰਾ ਕਰੈਕਟਰ ਹੈ, ਔਰ ਇਹ ਫਿਲਮ ਇੱਕ ਮੈਸੇਜ ਵੀ ਦੇ ਕੇ ਜਾਂਦੀ ਹੈ, ਗਲਤ ਫਹਿਮੀਆਂ 'ਚ, ਟੂਣਿਆਂ ਟਾਮਣਾਂ 'ਚ, ਮੰਤਰਾਂ 'ਚ ਯਕੀਨ ਕਰਨਾ, ਉਹ ਕਰਨਾ, ਜੋ ਅਣਹੋਣੀਆਂ ਗੱਲਾਂ ਮੰਨੀ ਜਾਣੀਆਂ ਜਿਹੜੀਆਂ ਹੋ ਹੀ ਨਹੀਂ ਸਕਦੀਆਂ, ਉਹਦੇ ਅਗੇਂਸਟ ਮੈਸੇਜ ਵੀ ਹੈ, ਔਰ ਮੈਂ ਉਹਦਾ ਸ਼ਿਕਾਰ ਵੀ ਹੁੰਦਾ ਫਿਲਮ 'ਚ। ਫਾਈਨਲੀ ਇਹ ਮੈਸੇਜ ਦੇ ਕੇ ਜਾਂਦੀ ਹੈ ਫਿਲਮ, ਬਹੁਤ ਸੋਹਣੀ ਫਿਲਮ ਹੈ। ਸਾਰੇ ਕਲਾਕਾਰ ਆਲੇ ਦੁਆਲੇ ਜਿਹੜੇ ਯੰਗ ਮੁੰਡੇ ਕੁੜੀਆਂ, ਮਜ਼ਾ ਆਉਂਦਾ ਕੰਮ ਕਰਦੇ ਨੇ, ਉਹ ਐਨਥੂਜ਼ੀਆਸਟਿਕ ਨੇ ਬਹੁਤ,
एनर्जेटिक बहुत ने, उन्हों तो मैं एनर्जी बहुत हासिल करना। हालांकि वो मैनू कहंदे रहिंदे ने कि बापू तू तो तैनू देख के असी एनर्जी नाल भरपूर हो जाने हैं। माण सत्कार इन्ना मिलते हैं वो, इस करके जी नहीं करता भी ये इंडस्ट्री छड़ दी है कदे। जी बिल्कुल सर, हुण ते इंडस्ट्री दा नज़रिया, इंडस्ट्री दा काम करन दा तरीका बहुत वखरा हो गया, म्यार इन्ना उच्चा हो गया कि हुण करैक्टर आर्टिस्ट दे सिर ते फिल्म चलदी है। करैक्टर आर्टिस्ट फिल्म दे मेन हीरोज़ मन्ने जांदे ने। सो करमजीत अनमोल जी दी गल करदे आ, इस फिल्म दे विच लीड जे ओही है ना सर, किस तरह दा बॉन्ड है तुहाडा ऑफ स्क्रीन एंड ऑन स्क्रीन? साडा बहुत वधिया हो जाई है, जे स्क्रीन ते देखदे आ असीं उदां कई बार लगता हूँ मैनू कि मैं ज्यादती कर गया, वो कहते नहीं 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 वधिया लगता। मैं थोड़ा जा मैनू आदत है कि जे कोई कितने गलत है तो मैनू टोकन की बीमारी है एक टो, पर खुशी मैनू इस गल की है कि हो सकता है कुछ सेकेंड वास्ते, कुछ मिनटा वास्ते या एक दो दिन वास्ते किसी मन मन से गल रह जाए, पर मैं नाल ही कह दिना जे किसी बुरा लगे भैया माफ़ करो। मैं मेरे पापा तो सीखिया, उन्होंने मैंने बहुत टोकया। मैं जिहड़े यंगस्टर ने मैं जस्ट लाइक फादर उन्हां नूं झिड़क दिंदा, उड़ी कहिंदा पर मैं प्यार करदा ये मुंडे कुछ सीखण मेरे तों। जे मैं उर्दू जबान अच्छी बोलदा, मेरी भाषा बहुत खूबसूरत है, तो जिहड़ू माई पापा वो उर्दू फारसी बहुत सोहणी जाणदे सीगे। तो उस तरह ही जिहड़ी टोका टाकी है ये तां तुहानूं सुधारदी है, उहदे सुधरन तों क्यों तुसीं डरदे हो? मैं कहना मैनू कोई नुक्स होंगे स्पष्ट मूँह से, जे तुम थोड़ा जहा शर्मा पासे करके कहते भाजी सॉरी थोड़ा उत्ते ना है उत्ते कहा नहीं, पर आई गलत बोलिया सी मैं एक्सैप्ट करूँगा। ये एक्सैप्टेंस घट है थोड़ी जी वो। लेकिन आप गल करते अनमोल की, अनमोल बहुत खुश मिजाज, बहुत दरिया दिल, वो कुछ भी सुन सकता है, उन्होंने तुम दसो और वो आप भी सियाना है। पंजाबी प्रति वह नवे नवे शब्द जिहड़ी वह मलवई बोलता, वो जानबुझ के नोइंगली जिहड़े शब्द गुआच रहे ने, वह गुआचे हुए शब्दों का रखवाला बनया फिरता। वो बहुत बहुत मेहनत करता इस गलते कि कोई नवा शब्द आता जिहड़ा मैनू लगता भी ये खत्म हो जाए जे ना बोलिया। तो इस तरह का मुंडा कितने मिलता पंजाबी इंडस्ट्री, बहुत वधिया एक्टर है। क्या बात है। सो लास्ट एंड लीस्ट सवाल मैं तुम्हें पूछना चाहवागी, फिल्म का टाइटल है बापू नहीं मानता मेरा, तुम आपके पापा की गल कर रहे थे, आई नो कि तुहाडी एक हिस्टरी जिहड़ी हैगी है, तुसी रिश्तियां की कदर और रिश्तियां की तवज्जो तुहाडी जिंदगी दे विच बहुत अलग है, बहुत इमोशनली तुसी चीज़ां नू वेखदे हो, सेंटीमेंट्स जुड़े हुए ने, लेकिन बचपन दे विच झट मारीए बापू नहीं मानता मेरा, तुसी किस चीज़ लई कहोगे भी बापू नू सब तो औखा मनाउणा किस काम दे लई हुंदा सीगा? मेरे फादर डिसिप्लिन्ड बहुत सी, मैं उन्हां सामने बहाना नहीं सी चलदा कि मैं अज पढ़न जाना नहीं। वो सर्विस करदे सी तां वो तां भी साडे हैडमास्टर नूं बोलिया हुंदा सी जिस दिन गैर हाजिर होवे निश्चिंत होकर डंडा फेर दिओ उहदे ते। हाँ ਉਹ ਜੋ ਥੋੜ੍ਹਾ ਜਿਹਾ ਮਿਲਟਰੀ ਵਾਲਿਆਂ ਦਾ ਸੁਭਾਅ ਉੱਦਾਂ ਵੀ ਮੇਰੇ ਸਾਡੇ ਖਾਨਦਾਨ, ਮੇਰੇ ਦਾਦਾ ਜੀ ਆਪਣੀ ਗੱਲ ਖੁਦ ਹੀ ਸੁਣਾਉਂਦਾ ਹੁੰਦਾ ਸੀ। ਪਾਪਾ ਕਹਿੰਦੇ ਮੇਰੇ ਇੱਕ ਵਾਰੀ ਨੰਬਰ ਘੱਟ ਆਏ, ਮੇਰੇ ਸਾਈਕਲ ਦੇ ਪਿੱਛੇ ਹੱਥ ਬੰਨ ਲਏ ਔਰ ਸੂਏ ਨੂੰ ਰਜਵਾਹਾ ਕਹਿੰਦੇ ਹੁੰਦੇ ਪੁਰਾਣੇ ਬਜ਼ੁਰਗ, ਰਜਵਾਹੇ 'ਤੇ ਸਾਈਕਲ ਚਲਾ ਰਿਹਾ ਮੈਂ ਪਿੱਛੇ ਪਿੱਛੇ ਦੌੜ ਰਿਹਾ। ਕਹਿੰਦੇ ਮੈਂ ਪਿਆਸ ਲੱਗੀ ਗਰਮੀਆਂ ਦਾ ਮਹੀਨਾ ਸੀ, ਮੈਂ ਕਿਹਾ ਪਾਪਾ ਪਾਣੀ ਪੀਣਾ ਹੈ। ਅੱਛਾ ਪਾਣੀ ਪੀਣਾ, ਹਾਂ ਚੱਲ ਪੀ ਲੈ, ਉੱਥੇ ਸੂਏ 'ਚ ਪੀ ਲੈ ਰਜਵਾਹੇ 'ਚ। ਉਹ ਥੋੜ੍ਹਾ ਜਿਹਾ ਪਾਣੀ ਖੜਾ ਸੀ, ਸਾਫ਼ ਸੁਥਰਾ ਪਾਣੀ ਹੁੰਦਾ ਸੀ ਉਸ ਜ਼ਮਾਨਿਆਂ 'ਚ। ਮੈਂ ਪਾਣੀ ਪੀਣ ਲੱਗਿਆ, ਪਿੱਛੋਂ ਲੱਤ ਮਾਰੀ, ਮੂੰਹ ਮੇਰਾ ਉਹਦੇ ਵਿੱਚ, ਹਾਂ ਉਹਦੇ ਵਿੱਚ। ਸੋ ਡਾਂਗ ਨਾਲ ਕੁੱਟਦੇ ਸੀ ਟੀਚਰ ਉਦੋਂ, ਉਹ ਜ਼ਮਾਨਾ ਅੱਜ ਉਦੋਂ ਕਹਿੰਦੇ ਹੁੰਦੇ ਆ ਵੀ ਮੈਂ ਤਾਂ ਅੱਜ ਕੱਲ੍ਹ ਉਹ ਮੁਸਲਮਾਨ ਜ਼ਿਆਦਾ ਪੜ੍ਹਾਉਂਦੇ ਸੀ ਅੱਗੇ ਉਰਦੂ ਭਾਸ਼ਾ ਕਰਕੇ, ਉਹ ਜਿਹੜਾ ਮੁਹਾਵਰਾ ਬਣਿਆ ਸੀ ਕਿ ਉਸਤਾਦਾਂ ਦੇ ਹੁੱਕੇ ਭਰੇ ਨੇ ਉੱਥੋਂ ਹੀ ਬਣਿਆ। ਤੋ ਅਸੀਂ ਟਿਵਾਣਾ ਸਾਹਿਬ ਦੀਆਂ ਝਿੜਕਾਂ ਬਹੁਤ ਦੱਬ ਕੇ ਰੱਜ ਕੇ ਖਾਧੀਆਂ ਨੇ। ਇੱਦਾਂ ਹੀ ਆਪਦੇ ਫਾਦਰ ਸਾਹਿਬ ਪਾਪਾ ਮੇਰੇ ਉਹ ਛੇ ਮਹੀਨੇ ਸਰਵਿਸ ਕਰਦੇ, 6 ਮਹੀਨੇ ਆ ਕੇ ਪਿੰਡ ਆਰ ਐੱਮ ਪੀ ਮਿਲਟਰੀ 'ਚ ਮੈਡੀਕਲ ਡਿਪਾਰਟਮੈਂਟ 'ਚ ਹੁੰਦੇ ਸੀ, ਆਰ ਐੱਮ ਪੀ ਸੀ, ਫਿਰ ਆ ਕੇ ਉਹ ਕਰਦੇ ਸੀ। ਅਤੇ ਉਹ ਬੜੀ ਡਿਸਿਪਲਿਨ ਲਾਈਫ, ਉਹੀ ਮੈਨੂੰ ਆਦਤਾਂ ਪਈਆਂ, ਤਾਂ ਹੀ ਤਾਂ ਮੈਂ ਟੁੱਕੀ ਜਾਂਦਾ ਰਹਿਣਾ ਰਹਿੰਦਾ ਨਹੀਂ। ਉਹ ਪਾਪਾ ਵਾਲੀ ਆਦਤ ਮੈਨੂੰ ਹੈਗੀ ਹੈ।
जी, सो तुहाडी आदतां दी गल करिए, तुहाडी कला दी गल करिए, तुहाडी शख्सियत दी गल करिए, हर एक जिहड़ी चीज़ आ ओह रिस्पैक्टेबल है सर। सो इस लई इंडस्ट्री अज तुहानूं इन्ना प्यार करदी आ, और इंडस्ट्री ही क्यों, तुहानूं वेखण वाला, तुहाडी कला नूं एंटरटेन होण वाला, तुहाडी कला तों हर कोई तुहानूं रिस्पैक्ट ही नहीं, तुहानूं प्यार भी करदा। और मैनूं उम्मीद है कि जिहड़े सुपने किरदार तुहाडे करन दे हैगे ने ओह जल्दी मुकम्मल होणगे। सो बहुत बहुत धन्नवाद तुसीं सानूं अपना वक्त दित्ता, एंड मैं उम्मीद करदी आ कि बहुत सारियां गल्लां बातां जिहड़ियां ने ओह असीं फिर अगली इंटरव्यू दे विच करांगे। शुक्रिया जी, बहुत बहुत शुक्रिया, धन्यवाद सर। सो साढ़े नाल सी बा कमाल अदाकार ते बहुत ही प्यारे की क्या ये टॉर्नल छड़ा जी, बिल्कुल टोर आना दी बहुत ज़्यादा है पूरी दुनिया दे विच, देशां विदेशां विच वसदे हर एक पंजाबी दे दिल दे विच उना दी कला दी वखरी टोर है जी। साढ़े नाल सी सरदार सोही जी, बहुत सारियां गल्लां बातां कीतियां, फिल्म दे शूट ते असीं आए हुए हां, हुण सैट ते चलदे हां ते देखदे हां कि होर किहड़ा किहड़ा कलाकार सानूं मिल पाउंदा है ते किहनां नाल असीं गल्लबात कर पाउंदे हां। तो वेखदे रहो सिने पंजाबी, एंड अपना ते अपना दा रखो ख्याल, फिलहाल दे लई दिओ इजाज़त, सत श्री अकाल।